ਬੇਟੇ ਹੋਏ ਆ ਤੇ ਪਿਤਾ ਦੇ ਦੁਆਰਾ ਜਿਹਨਾਂ ਦਾ ਨਾਮ ਸੀਗਾ ਵੱਡੇ ਦਾ ਨਾਮ ਜੁੜਵਾ ਬੇਟੇ ਹੋਏ ਜਿਹਦਾ ਨਾਮ ਸੀ ਐਸਾਉ ਤੇ ਯਾਕੂਬ ਐਸਾਉ ਪਹਿਲਾ ਸੀਗਾ ਤੇ ਯਾਕੂਬ ਦੂਸਰੇ ਨੰਬਰ ਤੇ ਸੀਗਾ ਐਸਾਉ ਨੇ ਆਪਣੇ ਪਲੁਰ ਦੇ ਉਹਦਾ ਹੱਕ ਖੋਲਿਆ ਵੇਚ ਦਿੱਤਾ ਇਹਦੇ ਬਦਲੇ ਲਿਖਿਆ ਪਾਪ ਸਹਿਜ ਨਾਲ ਦਾ ਫਸਾ ਲੈਂਦਾ ਆ ਬੜੀ ਪਲੈਨਿੰਗ ਕਰਕੇ ਇੱਕ ਬੰਦੇ ਨੂੰ ਦੱਸਣ ਦੀ ਕੋਸ਼ਿਸ਼ ਕਰਦਾ ਆ ਬਲੋਟੇ ਹੋਣ ਦਾ ਹੱਕ ਅਸੀਂ ਕਦੋਂ ਖੋਨੇ ਆ ਬੜੇ ਹੀ ਧਿਆਨ ਦੇ ਨਾਲ ਸੁਣਨਾ ਉਸ ਤੋਂ ਬਾਅਦ ਆਪਾਂ ਗੱਲਾਂ ਪਲੋਟੇ ਹੋਣ ਦਾ ਹੱਕ ਬੰਦਾ ਕਦੋਂ ਖੁੱਲਦਾ ਹੈ ਜਦੋਂ ਬੜੇ ਹੀ ਧਿਆਨ ਨਾਲ ਸੁਣਦਾ ਕੀ ਹੁੰਦਾ ਆ ਕਿ ਇਹ ਦੋ ਬ੍ਰਦਰ ਆ ਤੁਸੀਂ ਜਿਹੜਾ ਮਰਜ਼ੀ ਰਿਸ਼ਤਾ ਲਗਾ ਸਕਦੇ ਆ ਦੋਨੇ ਭੈਣਾਂ ਵੀ ਲਗਾ ਸਕਦੇ ਆ ਭਰਾ ਵੀ ਲਗਾ ਸਕਦੇ ਆ ਮਾਂ ਧੀ ਵੀ ਲਗਾ ਸਕਦੇ ਆ ਬੇਪੁੱਤ ਵੀ ਲਗਾ ਸਕਦੇ ਮੈਂ ਸਾਰਿਆਂ ਨੂੰ ਖੜਾ ਨਹੀਂ ਕਰ ਸਕਦਾ ਮੈਂ ਤੁਹਾਨੂੰ ਇਹਨਾਂ ਦੇ ਵਿੱਚ ਸੁਣ ਰਹਾ ਤੁਸੀਂ ਸਮਝ ਲੈਣਾ ਕਿੰਨੇ ਜਣੇ ਨੂੰ ਸਮਝ ਲੱਗ ਸਕਦਾ ਪਲੋਟੇ ਉਹਦਾ ਹੱਕ ਬੰਦਾ ਕਦੋਂ ਖੁੱਲਦਾ ਆ ਉਦਾਹਰਨ ਦੇ ਤੌਰ ਤੇ ਇਹ ਬੱਚਾ ਵੱਡਾ ਆ ਔਰ ਇਹ ਬੱਚਾ ਛੋਟਾ ਆ ਇਹ ਬੱਚਾ ਵੱਡਾ ਆ ਔਰ ਇਹ ਬੱਚਾ ਛੋਟਾ ਇਹ ਬੱਚਾ ਪਲੋਟਾ ਆ ਇਹਦਾ ਉਦੋਂ ਤੱਕ ਇਹਦੇ ਉੱਪਰ ਅਧਿਕਾਰ ਰਹੇਗਾ ਪੂਰੇ ਰੋਗ ਦੇ ਨਾਲ ਜਦੋਂ ਤੱਕ ਇਹ ਇਮਾਨਦਾਰ ਆ ਪਵਿੱਤਰ ਆ ਬੜੀ ਵਫਾਦਾਰੀ ਦੇ ਨਾਲ ਚੱਲਦਾ ਆ ਇਹਨਾਂ ਜਿਹੜਾ ਸਮਝ ਲੱਗ ਗਿਆ ਜਦੋਂ ਇਹ ਨਸ਼ੇ ਦੇ ਵਿੱਚ ਪੈ ਗਿਆ ਉਸ ਤੋਂ ਬਾਅਦ ਇਹਨੂੰ ਡਾਂਟੇਗਾ ਇਹ ਡਾਂਟ ਨੂੰ ਸਮਝੇਗਾ ਡਾਂਟ ਨੂੰ ਡਾਂਟ ਨੂੰ ਸਮਝੇਗਾ ਕਿਹਨੇ ਜਿਹੜਾ ਨੂੰ ਸਮਝ ਲੱਗ ਗਿਆ ਜਦੋਂ ਇਹ ਨਸ਼ਾ ਕਰ ਰਿਹਾ ਨਸ਼ੇ ਦੇ ਵਿੱਚ ਪੈ ਗਿਆ ਉਸ ਤੋਂ ਬਾਅਦ ਕੁਝ ਸਮੇਂ ਬਾਅਦ ਇਹ ਵੀ ਨਸ਼ੇ ਦੇ ਵਿੱਚ ਪੈ ਗਿਆ ਇਹ ਉਹਨੂੰ ਡਾਂਟ ਨਹੀਂ ਸਕਦਾ ਇਹਨੇ ਪਲੋਟੇ ਦਾ ਹੱਥ ਖੋਲਿਆ ਇਹ ਬੰਦਾ ਆਸ਼ਕੀ ਦੇ ਵਿੱਚ ਪੈ ਗਿਆ ਜਦੋਂ ਥੋੜੇ ਟਾਈਮ ਬਾਅਦ ਛੋਟਾ ਭਰਾ ਆਸ਼ਕੀ ਦੇ ਵਿੱਚ ਪਏਗਾ ਫਿਰ ਇਹਨੂੰ ਕਹਿ ਨਹੀਂ ਸਕਦਾ ਬੇਟਾ ਆਸ਼ਕੀ ਕਰਨੀ ਵਾਲੀ ਗੱਲ ਇਹਨੇ ਆਪਣੇ ਪਲੋਟੇ ਨੂੰ ਦਾ ਹੱਥ ਖੋਲਿਆ ਇਹਦੇ ਜਿਹੜਾ ਨੂੰ ਸਮਝ ਲੱਗ ਗਿਆ ਇਹ ਤੇ ਮਾਂ ਤੇ ਧੀ ਆ ਜਦੋਂ ਮਾਂ ਪਾਪ ਦੇ ਵਿੱਚ ਚੱਲਦੀ ਆ ਉਹ ਆਪਣੀ ਧੀ ਨੂੰ ਕਹਿ ਨਹੀਂ ਸਕਦੀ ਆ ਕਿ ਬੇਟਾ ਤੂੰ ਗਲਤ ਕਰ ਰਹੀ ਆ ਧੀ ਫਿਰ ਉਲਟਾ ਜਵਾਬ ਦਿੰਦੀ ਆ ਪਹਿਲਾਂ ਆਪਣੇ ਬੱਚਾ ਇਸ ਤਰ੍ਹਾਂ ਹੀ ਬਾਪ ਆ ਬਾਪ ਨਸ਼ੇ ਕਰਦਾ ਆ ਉਹਨੂੰ ਪੁੱਛੋ ਕਿ ਤੁਸੀਂ ਚਾਹੁੰਦੇ ਤੁਹਾਡੇ ਬੱਚੇ ਨਸ਼ੇ ਕਰਨ ਕਹਿੰਦੇ ਨਹੀਂ ਪਰ ਆਪ ਕਰਦੇ ਆ ਤੇ ਕੁਝ ਸਮੇਂ ਬਾਅਦ ਜਦੋਂ ਬੱਚੇ ਵੀ ਨਸ਼ੇ ਦੇ ਵਿੱਚ ਪੈ ਜਾਣਗੇ ਫਿਰ ਬਾਪ ਉਹਨਾਂ ਨੂੰ ਰੋਕ ਨਹੀਂ ਸਕਦਾ ਕਹਿ ਨਹੀਂ ਸਕਦਾ ਕਿਉਂਕਿ ਉਹਨੇ ਆਪਣੇ ਵੱਡੇ ਹੋਣ ਦਾ ਹੱਥ ਬਾਪ ਹੋਣ ਦਾ ਹੱਥ ਉਹਨੇ ਖੋਲ ਦਿੱਤਾ ਬਾਪ ਸਹਿਜ ਨਾਲ ਫਸਾਉਂਦਾ ਹੈ ਨਸ਼ਾ ਕਰਨ ਤੋਂ ਪਹਿਲਾਂ ਇਹਨੂੰ ਪਤਾ ਨਹੀਂ ਸੀ ਕਿ ਨਸ਼ੇ ਕਰਕੇ ਇਹਦਾ ਜਿਹੜਾ ਲੋਭ ਆ ਘਰ ਦੇ ਵਿੱਚ ਇਹਦੀ ਜਿਹੜੀ ਅਹਿਮੀਅਤ ਆ ਉਹ ਨਸ਼ੇ ਦੇ ਨਾਲ ਖਤਮ ਹੋ ਜਾਣੀ ਆਸ਼ਕੀ ਦੇ ਨਾਲ ਖਤਮ ਹੋ ਜਾਣੀ ਪਾਪ ਦੇ ਨਾਲ ਖਤਮ ਹੋ ਜਾਣੀ ਬੁਰਾਈ ਦੇ ਨਾਲ ਖਤਮ ਹੋ ਜਾਣੀ ਹੈ ਪਰਮੇਸ਼ਵਰ ਦੇ ਹੁਕਮ ਦੀ ਉਲੰਘਣਾ ਕਰਨ ਨਾਲ ਖਤਮ ਹੋ ਜਾਣੀ ਲੋਕ ਤੁਹਾਡੀ ਇੱਜ਼ਤ ਕਦੋਂ ਕਰਦੇ ਆ ਜਦੋਂ ਤੁਸੀਂ ਵਫਾਦਾਰੀ ਦੇ ਨਾਲ ਚੱਲਦੇ ਆ ਕਿਉਂਕਿ ਕਲਾਮ ਸੱਚਾ ਆ ਉਹ 100% 101% ਗੁਨਾਹ ਹੋਣੀ ਹੋ ਗਿਆ ਲਿਖਿਆ ਇੱਜ਼ਤ ਮੇਰੀ ਮੁਤਾਬਿਕ ਗੱਲ ਕਰ ਪੁੱਛਦਾ ਹੁੰਦਾ ਜਦੋਂ ਤੁਹਾਡਾ ਚਾਲ ਚੱਲਣ ਤੁਹਾਡੀਆਂ ਸੋਚਾਂ ਤੁਹਾਡੇ ਖਿਆਲ ਸਭ ਪਵਿੱਤਰ ਹੋਣਗੇ ਠੀਕ ਹੋਣਗੇ ਬਾਈਬਲ ਚ ਲਿਖਿਆ ਉਹ ਕੰਮ ਕਰੋ
ਜਿਹੜੇ ਪਰਮੇਸ਼ਵਰ ਔਰ ਇਨਸਾਨਾਂ ਦੀ ਨਜ਼ਰਾਂ ਦੇ ਚੰਗੇ ਆ। ਫਿਰ ਪਰਮੇਸ਼ਵਰ ਕਦੀ ਇੱਜ਼ਤ ਨੂੰ ਵਧਾਏਗਾ ਸਾਡੀ ਕਲੀਸਿਆ ਵੱਲੋਂ। ਆਮੇਨ ਆਮੇਨ ਹਾਲੇਲੂਇਆ 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 ਹਾਲੇਲੂਇਆ। ਕਿੰਨੇ ਜਣਾਂ ਨੂੰ ਸਮਝ ਲੱਗੀ ਆ ਤੇ ਲੋਟੇ ਹੋਣ ਦਾ ਹੱਕ ਕਦੋਂ ਖੁੰਦਾ ਆ ਬੰਦਾ? ਜਦੋਂ ਪਾਪ ਨੂੰ ਆਪਣੇ ਜੀਵਨ 'ਚ ਜਨਮ ਦਿੰਦਾ ਆ। ਬਾਈਬਲ 'ਚ ਲਿਖਿਆ ਜਦੋਂ ਪਾਪ ਗਰਭ ਧਾਰਦਾ ਆ ਤੇ ਕਿਹਨੂੰ ਜਨਮ ਦਿੰਦਾ? ਪਾਪ ਨੂੰ ਜਨਮ ਦਿੰਦਾ। ਤੁਹਾਡੀਆਂ ਅਭਿਲਾਸ਼ਾਵਾਂ ਤੁਹਾਡੀਆਂ ਖਵਾਹਿਸ਼ਾਂ ਜਦੋਂ ਗਰਭ ਧਾਰ ਲੈਂਦੀਆਂ ਤੇ ਪਾਪ ਨੂੰ ਜਨਮ ਦਿੰਦੀਆਂ। ਖਵਾਹਿਸ਼ਾਂ ਕੀ ਆ, ਇੱਛਾਵਾਂ ਕੀ ਆ, ਕਿਹੜਾ ਦਿਲ ਨਹੀਂ ਕਰਦਾ ਆ? ਕਿਹੜੀਆਂ ਮਾਰੂ ਨੂੰ ਘੁੰਮਣ ਨੂੰ ਫਿਰਨ ਨੂੰ, ਨਸ਼ੇ ਕਰਨ ਮਾਸਕੀ ਕਰਨ, ਕਿਹੜਾ ਦਿਲ ਨਹੀਂ ਕਰਦਾ? ਸਾਡੀ ਆਸ ਕੀ ਸਜੇ ਯਿਸੂ ਮਸੀਹ ਦੇ ਨਾਲ ਆ ਬੋਲੋ ਆਮੇਨ ਹਾਲੇਲੂਇਆ। ਕਿਸੇ ਇਨਸਾਨ ਦੇ ਲਈ ਨਹੀਂ ਆ, ਕਿਸੇ ਇਨਸਾਨ ਦੇ ਲਈ ਨਹੀਂ ਆ, ਕਿਉਂਕਿ ਉਹ ਕੁਝ ਸਮਝਦੀ ਆ। ਇਨਸਾਨ ਕਦੇ ਵੀ ਕਿਸੇ ਨੂੰ ਧੋਖਾ ਦੇ ਸਕਦਾ, ਲੇਕਿਨ ਪਰਮੇਸ਼ਵਰ ਧੋਖਾ ਨਹੀਂ ਦਿੰਦਾ। ਹਾਲੇਲੂਇਆ 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 ਹਾਲੇਲੂਇਆ। ਇਨਸਾਨ ਤੁਹਾਨੂੰ ਦੁੱਖ 'ਚ ਧੋਖਾ ਦੇ ਸਕਦਾ, ਤੁਹਾਨੂੰ ਦੁੱਖ 'ਚ ਕੱਲਿਆ ਛੱਡ ਸਕਦਾ, ਲੇਕਿਨ ਪਰਮੇਸ਼ਵਰ ਕਹਿੰਦਾ ਮੈਂ ਤੁਹਾਨੂੰ ਨਾ ਕਦੇ ਛੱਡਾਂ ਕਦੇ ਨਾ ਕਦੇ। ਸਾਰੀ ਕਦੀ ਸੀ ਆ ਬੋਲੋ ਆਮੇਨ ਆਮੇਨ। ਕਿਹਨਾਂ ਜਣ ਸਮਝ ਲੱਗ ਰਹੀ ਆ? ਬਲੋਟੇ ਹੋਣ ਦਾ ਹੱਕ ਕਿੱਦਾਂ ਕਮਾਉਣਾ ਆ ਬੰਦਾ ਸਮਝ ਲੱਗੇ? ਜਦੋਂ ਪਾਪ ਤੁਹਾਡੇ ਜੀਵਨ 'ਚ ਆਉਂਦਾ, ਜਦੋਂ ਖਵਾਹਿਸ਼ਾਂ ਤੁਹਾਡੇ ਜੀਵਨ 'ਚ ਆਉਂਦੀਆਂ ਔਰ ਉਹ ਗਰਭ ਧਾਰ ਲੈਂਦੀਆਂ, ਯਾਨੀ ਕਿ ਵੀ ਪ੍ਰੈਕਟੀਕਲ, ਜਦੋਂ ਤੁਹਾਡੀਆਂ ਖਵਾਹਿਸ਼ਾਂ ਵੀ ਪ੍ਰੈਕਟੀਕਲ ਹੋ ਜਾਂਦੀਆਂ ਆ, ਉਦੋਂ ਤੁਹਾਡਾ ਰੋਹ ਜਿਹੜਾ ਤੁਹਾਡੇ ਘਰ ਦੇ ਵਿੱਚ ਖਤਮ, ਪਰਿਵਾਰ ਦੇ ਵਿੱਚ ਖਤਮ ਹੋ ਜਾਂਦਾ, ਭੈਣਾਂ ਭਰਾਵਾਂ ਦੇ ਵਿੱਚ ਖਤਮ ਹੋ ਜਾਂਦਾ ਤੁਹਾਡਾ ਬਲੋਟੇ ਹੋਣ ਦਾ ਹੱਕ, ਕਿਉਂਕਿ ਉਦੋਂ ਤੁਸੀਂ ਪਾਪ ਆਪਣੇ ਜੀਵਨ 'ਚ ਲੈ ਆਉਂਦਾ ਤੇ ਬਲੋਟੇ ਹੋਣ ਦਾ ਹੱਕ ਪਾ। ਔਰ ਫਿਰ ਛੋਟਾ ਭਰਾ ਜਾਂ ਛੋਟੀ ਭੈਣ ਨੂੰ ਤੁਹਾਡੇ ਤੁਹਾਡੇ ਜਿਹੜਾ ਡਾਂ ਦਿਆ ਤੇ ਗੁੱਸਾ ਆਇਆ ਜਾਂ ਸਮਝਾਉਣਾ, ਉਹ ਸਿੱਖੇਗਾ ਸਮਝੇਗਾ। ਬਾਈਬਲ 'ਚ ਲਿਖਿਆ ਦੂਜਿਆਂ ਦੇ ਲਈ ਆਸ਼ੀਸ਼ ਨਾ ਕਰ, ਸ਼ਰਾਬ ਨਾ ਕਰ। ਹਾਲੇਲੂਇਆ ਹਾਲੇਲੂਇਆ। ਕਿੰਨੇ ਜਣਾਂ ਨੂੰ ਸਮਝ ਲੱਗ ਰਹੀ ਆ? ਇਹਨਾਂ ਜਣਾਂ ਨੂੰ ਸਮਝ ਲੱਗ ਬਲੋਟੇ ਹੋਣ ਦਾ ਹੱਕ ਕਿੱਦਾਂ ਬੰਦਾ ਹੁੰਦਾ ਹੈ? ਬੁਰਾਈ ਪਾਪ ਕਰਕੇ ਆਪਣੀ ਇੱਛਾਵਾਂ ਨੂੰ ਸਿਰੇ ਚੜ੍ਹ ਕੇ ਫਿਰ ਆਪਣੇ ਬਲੋਟੇ ਹੋਣ ਦਾ ਹੱਕ। ਜੇ ਕਿਸੇ ਬਾਪ ਦਾ ਖੁਦਾ ਨਾ ਕਰੇ, ਉਦਾਹਰਣ ਦੇ ਤੌਰ ਤੇ ਦੱਸਦਾ, ਕਿਸੇ ਬਾਪ ਦਾ ਕੈਰੇਕਟਰ ਠੀਕ ਨਾ ਹੋਵੇ ਔਰ ਬੱਚੇ ਨੂੰ ਪਤਾ ਹੋਵੇ, ਪਰ ਬਾਪ ਬਚਨ ਕਰਦੇ ਬੱਚਾ ਕਦੀ ਨਹੀਂ ਸਿੱਖਦਾ। ਇਸ ਤਰ੍ਹਾਂ ਵੱਡੇ ਭੈਣ ਭਰਾ ਦੇ ਲਈ, ਇਸ ਤਰ੍ਹਾਂ ਮਾਂ ਦੇ ਲਈ ਹੈ। ਹਾਲੇਲੂਇਆ। ਬੱਚੇ ਉਦੋਂ ਡਰਦੇ ਕਿ ਜਲੰਦੇ ਜਦੋਂ ਉਦੋਂ ਵੱਡੇ ਦਾ ਕੈਰੇਕਟਰ ਠੀਕ ਹੋਵੇ, ਉਹਦਾ ਜੀਵਨ ਠੀਕ ਹੋਵੇ, ਉਹਦੇ ਜੀਵਨ ਦੇ ਵਿੱਚ ਪਵਿੱਤਰਤਾ ਹੀ ਹੋਵੇ, ਪਰਮੇਸ਼ਰ ਦਾ ਡਰ ਹੋਵੇ। ਪਰਮੇਸ਼ਰ ਦਾ ਡਰ ਕਦੋਂ ਤੁਹਾਡੇ ਜੀਵਨ ਤੋਂ ਖਤਮ ਹੁੰਦਾ ਆ? ਜਦੋਂ ਇੱਛਾਵਾਂ ਪ੍ਰਬਲ ਹੁੰਦੀਆਂ, ਜਦੋਂ ਪਾਪ ਜਨਮ ਲੈਂਦਾ ਆ, ਜਦੋਂ ਅਸੀਂ ਬੁਰਾਈ ਤੇ ਬੁਰਾਈ ਕਰਦੇ, ਲੇਕਿਨ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਇਹ ਹੁਣ ਬੁਰਾਈ ਦੇ ਵਿੱਚ ਪੈ ਗਿਆ, ਇਹਦਾ ਮਤਲਬ ਪਰਮੇਸ਼ਰ ਦਾ ਡਰ ਇਹਦੇ ਜੀਵਨ ਦੇ ਵਿੱਚੋਂ ਖਤਮ ਹੋ ਗਿਆ, ਫਿਰ ਤੁਹਾਡਾ ਡਰ ਵੀ ਖਤਮ। ਹਾਲੇਲੂਇਆ ਹਾਲੇਲੂਇਆ। ਜਦੋਂ ਪਲੋਟੇ ਦਾ ਡਰ ਛੋਟੇ ਦੇ ਜੀਵਨ ਤੋਂ ਖਤਮ ਹੋ ਗਿਆ, ਇਹਦਾ ਮਤਲਬ ਪਲੋਟੇ ਦੇ ਜੀਵਨ ਦੇ ਵਿੱਚੋਂ ਪਰਮੇਸ਼ਰ ਦਾ ਡਰ ਖਤਮ, ਕਿਉਂਕਿ ਜਦ ਤੱਕ ਪਰਮੇਸ਼ਵਰ ਦਾ ਡਰ ਪਲੋਟੇ ਦੇ ਜੀਵਨ ਦੇ ਵਿੱਚ ਹੈ, ਤਦ ਤੱਕ ਉਹ ਪਾਪ ਨਹੀਂ ਕਰੇਗਾ, ਗੁਨਾਹ ਨਹੀਂ ਕਰੇਗਾ, ਆਪਣੇ ਪਲੋਟੇ ਨੂੰ ਇਹਨੂੰ ਸਾਂਭ ਕੇ ਰੱਖੇਗਾ। ਜਦੋਂ ਪਰਮੇਸ਼ਵਰ ਦਾ ਡਰ ਦੇ ਜੀਵਨ ਤੋਂ ਖਤਮ ਹੋ ਗਿਆ, ਫਿਰ ਪਲੋਟੇ ਦੇ ਜੀਵਨ ਦਾ ਜਿਹੜਾ ਡਰ ਆ ਉਹ ਛੋਟੇ ਦੇ ਜੀਵਨ ਤੋਂ ਵੀ ਖਤਮ ਹੋ ਜਾਂਦਾ। ਕਿਹਨੇ ਜਣੇ ਨੂੰ ਸਮਝ ਲੱਗ ਰਹੀ ਹੈ? ਸਾਰੀ ਕਲੀਸਿਆ ਬੋਲੋ ਆਮੇਨ ਹਾਲੇਲੂਇਆ। ਨਸ਼ਾ ਕਰਨ ਵਾਲਾ ਨਸ਼ੇ ਨੂੰ ਛੁਟਕਾਰਾ ਨਹੀਂ ਦੇ ਸਕਦਾ, ਪਾਪ ਕਰਨ ਵਾਲਾ ਪਾਪ ਤੋਂ ਛੁਟਕਾਰਾ ਨਹੀਂ ਦਿਲਾ ਸਕਦਾ, ਬੁਰਾਈ ਕਰਨ ਵਾਲਾ ਬੁਰਾਈ ਤੋਂ ਛੁਟਕਾਰਾ ਨਹੀਂ ਦਿਲਾ ਸਕਦਾ। ਪਹਿਲਾਂ ਉਹਨੂੰ ਖੁਦ ਛੁਟਕਾਰਾ ਲੈਣ ਦੀ ਜ਼ਰੂਰਤ ਹੈ, ਪਹਿਲਾਂ ਉਹਨੂੰ ਖੁਦ ਛੁਟਕਾਰਾ ਲੈਣ ਦੀ ਜ਼ਰੂਰਤ ਹੈ। ਛੁਟੋ ਤੇ ਛੁਡਾਓ। ਹਾਲੇਲੂਇਆ ਹਾਲੇਲੂਇਆ।